ਪੰਜਾਬ ਟੂਰ ਦੇ ਦੇਖਣ ਵਾਲੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਡਾਕਟਰ ਜਿੰਦਰ ਸਿੰਘ ਰੋਸਤੇ ਯੂਕਰੇਨ ਦੇ ਵਿਚਾਲੇ ਚੱਲ ਰਹੀ ਜੰਗ ਦੇ ਦਰਮਿਆਨ ਭਾਰਤ ਅਤੇ ਪੰਜਾਬ ਦੇ ਬਹੁਤ ਸਾਰੇ ਬੱਚੇ ਇਸ ਵੇਲੇ ਯੂਕਰੇਨ ਦੇ ਵੱਖ-ਵੱਖ ਸ਼ਹਿਰਾਂ 'ਚ ਫਸੇ ਹੋਏ ਹਨ ਭਾਰਤ ਸਰਕਾਰ ਦੇ ਨਾਲ ਨਾਲ ਪੰਜਾਬ ਸਰਕਾਰ ਵੱਲੋਂ ਇਹਨਾਂ ਬੱਚਿਆਂ ਨੂੰ ਸੁਰੱਖਿਅਤ ਵਾਪਸ ਲਿਆਉਣ ਦੇ ਲਈ ਪ੍ਰਬੰਧ ਕੀਤੇ ਜਾ ਰਹੇ ਹਨ ਅੱਜ ਇਸਾਰੇ ਮਾਮਲੇ ਸੰਬੰਧੀ ਗੱਲਬਾਤ ਕਰਨ ਦੇ ਲਈ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਅਸ਼ਫਾਕ ਦੇ ਨਾਲ ਸਾਡੇ ਬਿਊਰੋ ਚੀਫ ਹਰਜੀਤ ਸਿੰਘ ਆਲਮ ਨੇ ਵਿਸ਼ੇਸ਼ ਤੌਰ ਤੇ ਗੱਲਬਾਤ ਕੀਤੀ ਹੈ ਅਤੇ ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕੀਤੀ ਹੈ ਕਿ ਪੰਜਾਬ ਸਰਕਾਰ ਯੂਕਰੇਨ ਚ ਫਸੇ ਨਾ ਬੱਚਿਆਂ ਨੂੰ ਵਾਪਸ ਲਿਆਉਣ ਲਈ ਕਿਵੇਂ ਕੰਮ ਕਰ ਰਹੀ ਹੈ ਅਤੇ ਖਾਸ ਤੌਰ ਤੇ ਇੱਧਰ ਬੈਠੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਉਹ ਕਿਵੇਂ ਸੰਪਰਕ ਦੇ ਵਿੱਚ ਹਨ ਇਹ ਸਾਰੇ ਮਾਮਲੇ ਤੇ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਅਸ਼ਫਾਕ ਨੇ ਪੰਜਾਬ ਟੂਡੇ ਦੀ ਟੀਮ ਨਾਲ ਖੁੱਲ ਕੇ ਗੱਲਬਾਤ ਕੀਤੀ ਹੈ ਉਹਨਾਂ ਦੱਸਿਆ ਹੈ ਕਿ ਇਸ ਵੇਲੇ ਗੁਰਦਾਸਪੁਰ ਦੇ ਕਰੀਬ ਛਾਲੀ ਬੱਚੇ ਯੂਕਰੇਨ ਦੇ ਖਾਰਕਿਵ ਦੇ ਵਿੱਚ ਫਸੇ ਹੋਏ ਹਨ ਜਿਨ੍ਹਾਂ ਨੂੰ ਵਾਪਸ ਲਿਆਉਣ ਦੀ ਕੋਸ਼ਿਸ਼ਾ ਲਗਾਤਾਰ ਜਾਰੀ ਹਨ ਨਾਮ ਮੁਹੰਮਦ ਅਸ਼ਫਾਕ ਨੇ ਪੰਜਾਬ ਟੂਡੇ ਨਾਲ ਖਾਸ ਗੱਲਬਾਤ ਕਰਦੇ ਆਂ ਕੀ ਕੁਝ ਅਪੀਲ ਕੀਤੀ ਹੈ ਆਓ ਤੁਹਾਨੂੰ ਸੁਣਾਉਂਦੇ ਹਾਂ ਹਾਂ ਜੀ ਸਿੰਗਾਰਨ ਤੁਸੀਂ ਦੇਖ ਰਹੇ ਹੋ ਪੰਜਾਬ ਟੂਡੇ ਚੈਨਲ ਅਜੈ ਸਿੰਘ ਗੁਰਦਾਸਪੁਰ ਜਿਹੜੇ ਰੈਪਰਿਕੇਟਿਵਿਸਟਰ ਕੋਲ ਪਹੁੰਚੇ ਆਂ ਉਹਦੇ ਆਫਿਸ ਵਿੱਚ ਤੇ ਇਹ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਾਂਗੇ ਕਿ ਜਿਹੜੀ ਰਸ਼ੀਆ ਤੇ ਯੂਕਰੇਨ ਦੀ ਜੰਗ ਚੱਲ ਰਹੀ ਆ ਉਹਦੇ ਵਿੱਚ ਜਿਹੜੇ ਗੁਰਦਾਸਪੁਰ ਜ਼ਿਲ੍ਹੇ ਦੇ ਯੂਕਰੇਨ ਵਿੱਚ ਕਿੰਨੇ ਆਪਣੇ ਸਟੂਡੈਂਟ ਉੱਥੇ ਫਸੇ ਹੋਏ ਨੇ ਤੇ ਜਾਂ ਉਹਨਾਂ ਨੂੰ ਲਿਆਉਣ ਦੇ ਕੀ ਪ੍ਰਬੰਧ ਕੀਤੇ ਜਾ ਰਹੇ ਆ ਇੱਥੇ ਲਿਆਉਣ ਵਾਸਤੇ ਜਾਂ ਕੇਂਦਰ ਸਰਕਾਰ ਨਾਲ ਕੋਈ ਸੰਪਰਕ ਕੀਤਾ ਹੋਇਆ ਇਹ ਕਿੰਨੇ ਜਿਹੜੇ ਸਟੂਡੈਂਟ ਹੁਣ ਤੱਕ ਵਾਪਸ ਆ ਚੁੱਕੇ ਆ ਇਹਦੇ ਬਾਰੇ ਜੀ ਸਭ ਤੋਂ ਜਾਣਕਾਰੀ ਦਿਓ ਗੁਰਦਾਸਪੁਰ ਜ਼ਿਲ੍ਹੇ ਦੇ 46 ਬੱਚੇ ਬੜੀ ਮੰਦ ਭਾਗੀ ਕਲ ਸੀਗੇ ਜੰਗ ਦੇ ਵਿੱਚ ਫਸ ਗਏ ਉਹ ਜਿਹੜੇ ਬੱਚੇ ਕੁਝ ਕੀਵ ਦੇ ਵਿੱਚ ਸੀਗੇ ਕੁਝ ਖਾਰਕੋਬ ਦੇ ਵਿੱਚ ਜਿਹਨੂੰ ਆਪਾਂ ਖਾਰਕੀਬੀ ਕਹਿੰਦੇ ਨੇ ਔਰ ਸੁਮੀ ਦੇ ਵਿੱਚ ਜ਼ਿਆਦਾ ਬੱਚੇ ਸੀਗੇ ਜਿਹੜੇ ਕੀਵ ਦੇ ਬੱਚੇ ਸੀ ਉਹ ਸਾਰੇ ਉੱਥੋਂ ਜਾ ਚੁੱਕੇ ਨੇ ਇਸ ਵੇਲੇ ਕੀਵ ਜੇ ਹੁਣ ਸਾਡਾ ਗੁਰਦਾਸਪੁਰ ਦਾ ਕੋਈ ਬੱਚਾ ਨਹੀਂ ਹੈਗਾ ਕੁਝ ਬੱਚੇ ਆਨ ਦਾ ਵੇ ਨੇ ਤੇ ਬੇਸਿਕਲੀ ਪਲਾਨਿੰਗ ਇਹੀ ਚੱਲ ਰਹੀ ਹੈ ਕਿ ਬੱਚੇ ਟ੍ਰੇਨਾਂ ਆਪਣੇ ਸਥਾਨ ਤੋਂ ਆਪਣੇ ਹੌਸਟਲ ਤੋਂ ਟ੍ਰੇਨ ਦੇ ਰਾਹੀਂ ਵੈਸਟਰਨ ਬਾਰਡਰ ਤੇ ਪਹੁੰਚਦੇ ਨੇ ਕਿਉਂਕਿ ਈਸਟਰਨ ਬਾਰਡਰ ਤੇ ਲੜਾਈ ਚੱਲ ਰਹੀ ਹੈ ਜਿਹੜਾ ਰਸ਼ੀਏ ਦੇ ਨਾਲ ਹੈ ਤੇ ਸਾਡੇ ਜਿਹੜੇ ਕੀਵ ਦੇ ਬੱਚੇ ਸਾਰੇ 22 ਟ੍ਰੇਨ ਸਾਡੇ ਜਿਹੜੇ ਚਾਰ ਦੇਸ਼ ਨੇ ਪੋਲੈਂਡ ਐ ਸਮਾਲੀਆ ਉਸ ਸਲੋਵਾਕੀਆ ਉੱਥੇ ਰਮਾਨੀਆ ਉੱਥੇ ਪਹੁੰਚ ਗਏ ਨੇ ਉੱਥੇ ਸਾਡੇ ਜਿਹੜੀ ਭਾਰਤੀ ਫੋਰਨ ਸਰਵਿਸ ਹੈ ਇੰਡੀਅਨ ਫੋਰਨ ਸਰਵਿਸ ਦੇ ਅਧਿਕਾਰੀ ਉੱਥੇ ਬੈਠੇ ਨੇ ਉਹ ਬੱਚਿਆਂ ਲਈ ਉੱਥੇ ਟਰਾਂਜ਼ਿਟ ਕਰਾ ਰਹੇ ਨੇ ਬਾਰਡਰ ਤੇ ਔਰ ਉਹਨਾਂ ਨੂੰ ਜਹਾਜ਼ੇ ਵਿੱਚ ਬਿਠਾ ਬਿਠਾ ਕੇ ਭਜਵਾ ਰਹੇ ਨੇ ਅੱਜ ਵੀ ਬਹੁਤ ਸਾਰੇ ਬੱਚੇ ਸਾਡੇ ਓਨ ਦਾ ਵੇ ਨੇ ਕੋਈ ਜਹਾਜ਼ 'ਚ ਬੈਠ ਗਿਆ ਕੋਈ ਜਹਾਜ਼ ਬੈਠਣ ਜਾ ਰਿਹਾ ਹੈ ਹਾਂ ਇਸ ਵੇਲੇ ਸਾਡੇ ਬੱਚੇ ਖਾਰਕੀਵ ਦੇ ਵਿੱਚ ਹੈ ਨੇ ਇਸ ਵੇਲੇ ਔਰ ਸੁੰਮੀਚ ਵੀ ਨੇ ਉਹਨਾਂ ਨਾਲ ਵੀ ਸਾਡੇ ਸਵੇਰੇ ਇਹੀ ਗੱਲ ਹੋ ਰਹੀ ਸੀ ਕਿ ਕਿਸੇ ਤਰੀਕੇ ਨਾਲ ਉੱਥੋਂ ਬੱਚੇ ਟ੍ਰੇਨ 'ਚ ਬੈਠ ਕੇ ਕੋਈ ਟ੍ਰੇਨ ਦੇ ਉੱਪਰ ਕੋਈ ਫੋਰਸ ਅਟੈਕ ਨਹੀਂ ਕਰ ਰਹੀ ਹੈ ਸੋ ਬੱਚੇ ਜੇ ਟ੍ਰੇਨ 'ਚ ਬੈਠ ਕੇ ਨਿਕਲਦੇ ਨੇ ਬੱਚੇ ਸੇਫ ਨੇ ਟ੍ਰੇਨਾਂ 'ਚ ਇੱਕੋ ਹੀ ਮੁਸ਼ਕਲ ਆ ਰਹੀ ਹੈ ਕਿ ਰਸ਼ ਬੜਾ ਹੋ ਰਿਹਾ ਪਰ ਇਸ ਵੇਲੇ ਜ਼ਿੰਦਗੀ ਦਾ ਮਸਲਾ ਹੈਗਾ ਸਾਡੀ ਬੱਚੇ ਨੂੰ ਇੱਕੋ ਅਪੀ ਦੇ ਸੱਚੰਦਣਾ ਲਖੋ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਨਿਊਟਰਲ ਕੰਟਰੀ ਦੇ ਬੱਚੇ ਨੇ ਔਰ ਆਪਣੇ ਗਰੁੱਪ ਵਿੱਚ ਜਾਓ ਸਟੇਸ਼ਨ ਤੇ ਬੈਠ ਕੇ ਟ੍ਰੇਨ 'ਚ ਬੈਠ ਕੇ ਵੈਸਟਰਨ ਬਾਰਡਰ ਵੱਲ ਚਲੇ ਜਾਓ ਉੱਥੇ ਵੈਸਟਰਨ ਬਾਰਡਰ ਦੇ ਉੱਪਰ ਸਾਡੀ ਜਿਹੜੀ ਭਾਰਤੀ ਆਪਣੇ ਫੋਰਨ ਸਰਵਿਸ ਦੇ ਅਫਸਰ ਅਧਿਕਾਰ ਕਰਮਚਾਰੀ ਬੈਠੇ ਨੇ ਹੁਣ ਤਾਂ ਭਾਰਤ ਸਰਕਾਰ ਨੇ ਚਾਰ ਮੰਤਰੀ ਸਾਹਿਬਾਨ ਵੀ ਉੱਥੇ ਭੇਜ ਦਿੱਤੇ ਨੇ ਜਿਹੜੇ ਕਿ ਸਾਰਾ ਕਨਵੇ ਕਰ ਰਹੇ ਨੇ ਅੱਜ ਮੈਨੂੰ ਆਸ ਹੈ ਕਾਫੀ سارے ਬੱਚੇ ਆ ਰਹੇ ਨੇ ਖਾਰਕੀਵ ਤੋਂ ਵੀ ਖੜਜਗੇ ਜਿਵੇਂ ਕੀਵ ਤੋਂ ਸਾਰੇ ਬੱਚੇ ਚਲੇ ਗਏ ਨੇ ਅੱਜ ਕੀਵ ਸਾਡਾ ਕੋਈ ਬੱਚਾ ਨਹੀਂ ਹੈਗਾ ਕਿਉਂਕਿ ਇਸ ਲਈ ਕੀਵ ਦੀ ਬਹੁਤ ਅੰਤਿਕਾਮਯਬ ਹੋ ਗਏ ਹੁਣ ਸਾਡੀ ਕੋਸ਼ਿਸ਼ ਹੈ ਵੀ ਸੁਮੀ ਦੇ ਵਿੱਚੋਂ ਤੇ ਖਾਰਕੀਬ ਜਿਹੜੇ ਬੱਚੇ ਨੇ ਉਹਨਾਂ ਨੂੰ ਵੀ ਕੱਢਿਆ ਜਾਵੇ ਪਰ ਇੱਕੋ ਹੀ ਮੁਸ਼ਕਿਲ ਆ ਰਹੀ ਹੈ ਕਿ ਜੰਗ ਲੱਗੀ ਹੋਈ ਹੈ ਉੱਥੇ ਜਿਹੜੀ ਲੋਕਲ ਤੱਕ ਬੱਚੇ ਨੂੰ ਨਿਕਲਣਾ ਪੈਂਦਾ ਉਹਦੇ 'ਚ ਸਾਡੇ ਬੜਾ ਅੱਛਾ ਰੋਲ ਪਲੇ ਕਰ ਰਹੇ ਨੇ ਜਿਹੜੇ ਇਹਨਾਂ ਦੇ ਏਜੰਟ ਸੀਗੇ ਜਿਵੇਂ ਮਿਸਟਰ ਸੰਧੂ ਨੇ ਜਾਂ ਹੋਰ ਨੇ ਉਹ ਵੀ ਉੱਥੇ ਬੱਚਿਆਂ ਦੀ ਕਾਫੀ ਹੈਲਪ ਕਰ ਰਹੇ ਨੇ ਪਲੱਸ ਜਿਹੜੇ ਉੱਥੇ ਦੇ ਯੂਨੀਵਰਸਿਟੀ ਜਾਂ ਕਾਲਜ ਦੇ ਅਧਿਕਾਰੀ ਨੇ ਉਹ ਵੀ ਬੱਚਿਆਂ ਦੀ ਥੋੜੀ ਬਹੁਤ ਹੈਲਪ ਕਰਦੇ ਪਏ ਨੇ ਇੱਕੋ ਜਿਹੇ ਬੱਚਾ ਟ੍ਰੇਨ 'ਚ ਬੈਠ ਜਾਂਦਾ ਫਿਰ ਬੱਚੇ ਨੂੰ ਜ਼ਿਆਦਾ ਰਿਸਕ ਨਹੀਂ ਹੈਗਾ ਫ ਸੋ ਇੱਕੋ ਮਸਲਾ ਕਿ ਆਪਣੇ ਹੌਸਟਲ ਤੋਂ ਨਿਕਲ ਗਏ ਟ੍ਰੇਨ ਤੱਕ ਪਹੁੰਚਣ ਦਾ ਇੱਕ ਡਿਸਰ ਗੁਰਦਾਸਪੁਰ ਜ਼ਿਲ੍ਹੇ ਦੇ ਆਪਣੇ ਕੋਈ شناخت ਹੋ ਗਈ ਕਿੰਨੇ ਸੂਣ ਨੇ ਤੇ ਕਿੰਨੇ ਹੁਣ ਤੱਕ ਆਪਣੇ ਵਾਪਸ ਆ ਚੁੱਕੇ ਆ ਸੋ ਜੀ 46 ਬੱਚੇ ਨੇ ਉਹਦੇ ਚ ਦੋ ਵਾਪਸ ਆ ਚੁੱਕੇ ਨੇ ਔਰ ਮੈਨੂੰ ਇਹਦਾ ਕਿ ਸਾਤ ਅੱਠ ਬੱਚੇ ਔਨ ਦਾ ਵੇ ਨੇ ਜਿਹੜੇ ਅੱਜ ਕੱਲ੍ਹ ਜੇ ਉਹਨਾਂ ਕੋਲ ਉੱਥੇ ਪਹੁੰਚ ਜਾਣਗੇ ਬਾਕੀ ਵੀ ਛੇਤੀ ਪਹੁੰਚ ਰਿਹਾ ਸਾਰੇ ਇਹ ਤੁਸੀਂ ਜਿਹੜੀ ਸੂਚੀ ਹੈ ਜਿਹੜੀ ਆਪਣਾ ਤੁਹਾਡੇ ਕੋਲ 46 ਦੀ ਆਈ ਹੈ ਇਹ ਤੁਸੀਂ ਇੱਥੋਂ ਆਪੇ ਕਲੈਕਟ ਕੀਤੀ ਹੈ ਕਿ ਜਾਂ ਉੱਥੋਂ ਤੁਹਾਨੂੰ ਗਵਰਨਮੈਂਟ ਸੈਂਟਰ ਗਵਰਨਮੈਂਟ ਆਈ ਹੈ ਅਸੀਂ ਇਹਦੇ ਵਿੱਚ ਕੀ ਕੀਤਾ ਜੀ ਆਪਣੇ ਲੈਵਲ ਤੇ ਵੀ ਕਨੈਕਟ ਕੀਤੀ ਹੈ ਸਾਨੂੰ ਭਾਰਤ ਸਰਕਾਰ ਤੇ ਵੀ ਸਾਡੀ ਆਪਣੀ ਹੈਲਪਲਾਈਨ ਬਣੀ ਹੋਈ ਉਹਦੇ ਤੇ ਵੀ ਕਾਲ ਆਈਆਂ ਨੇ ਅਸੀਂ ਜ਼ਿਲ੍ਹਾ ਪੱਧਰੀ ਹੈਲਪਲਾਈਨ ਬਣਾਈ ਹੋਈ ਹੈ ਰਾਜ ਪੱਧਰੀ ਹੈਲਪਲਾਈਨ ਬਣਾਈ ਹੋਈ ਹੈ ਔਰ ਭਾਰਤ ਸਰਕਾਰ ਦੀ ਵੀ ਹੈਲਪਲਾਈਨ ਬਣੀ ਹੋਈ ਹੈ ਇਹ ਛਾਲੇ ਬੱਚਿਆਂ ਦੀ ਜਿਹੜੀ ਸੂਚੀ ਹੈ ਤਿੰਨੇ ਹੈਲਪਲਾਈਨ ਦੇ ਡਾਟਾ ਸਾਡੇ ਕੋਲੇ ਆਇਆ ਉਹ ਤੋਂ ਲਈ ਗਈ ਹੈ ਭਲੇ ਸਾਡੇ ਡੀਪੀਆਰਓ ਸਾਹਿਬ ਇਸ ਨੂੰ ਲਗਾਤਾਰ ਕੋਆਰਡੀਨੇਟ ਕਰ ਰਹੇ ਨੇ ਪੇਰੈਂਟਸ ਦੇ ਨਾਲ ਕਈ ਵਾਰ ਕੀ ਹੁੰਦਾ ਕਿ ਇੱਕ ਪੇਰੈਂਟ ਦਾ ਨਾਮ ਆਗਾ ਉਹ ਫਿਰ ਉਹਦੇ ਨਾਲ ਜਿਹੜਾ ਦੂਜਾ ਬੱਚਾ ਹੁੰਦਾ ਉਹਦੇ ਉੱਥੋਂ ਪਤਾ ਲੱਗ ਜਾਂਦਾ ਹੈਗਾ ਜਿਹੜੇ ਬੱਚੇ ਉਸੇ ਫਸੇ ਹੋਏ ਨੇ ਉਹਨਾਂ ਦੀ ਆਪਣੇ ਪੇਰੈਂਟਸ ਨਾਲ ਜਾਂ ਐਡਮਿਨਿਸਟ੍ਰੇਸ਼ਨ ਨਾਲ ਕੋਈ ਗੱਲਬਾਤ ਲਗਾਤਾਰ ਜਾਰੀ ਹੈ। ਦੇਖੋ ਜੀ ਮੈਂ ਬੱਚਿਆਂ ਨਾਲ ਆਪ ਦੋ ਤਿੰਨ ਵਾਰੀ ਵੀਡੀਓ ਕਾਨਫਰੰਸ ਕਰ ਚੁੱਕਿਆ ਹਾਂ ਜਿੱਥੇ ਉਹ ਬੱਚੇ ਸਾਡੇ ਨਾਲ ਜ਼ੂਮ ਵੀਡੀਓ ਕੰਫਰੰਸ ਜੁੜੇ ਨੇ। ਪੇਰੈਂਟਸ ਵੀ ਗੱਲਬਾਤ ਕਰ ਰਹੇ ਨੇ ਮੈਂ ਫੋਨ ਤੇ ਵੀ ਗੱਲਬਾਤ ਕੀਤੀ ਹੈ। ਸੋ ਸਾਡੇ ਜਿੰਨੀ ਕੋਸ਼ਿਸ਼ ਅਸੀਂ ਕਰਦੇ ਹਾਂ ਪਰ ਅਸੀਂ ਕਈ ਵਾਰ ਬੱਚੇ ਨੂੰ ਬਹੁਤਾ ਬਾਹਰ ਨਹੀਂ ਬੁਲਾਉਂਦੇ ਕਿਉਂਕਿ ਉਹਨਾਂ ਨੂੰ ਗੱਲਬਾਤ ਕਰਨ ਲਈ ਬੰਕਰ ਤੋਂ ਬਾਹਰ ਆਉਣਾ ਪੈਂਦਾ। ਉਹ ਫਿਰ ਜਿਹੜਾ ਰਿਸਕੀ ਹੋ ਜਾਂਦਾ ਹੈ। ਅਸੀਂ ਅਸੀਂ ਬਹੁਤਾ ਬੱਚੇ ਨੂੰ ਡ ਸੋ ਜਿਉਂ ਉਹਨਾਂ ਨੂੰ ਜਿੰਨੇ ਕੁ ਲੋੜ ਹੁੰਦੇ ਉਹਨਾਂ ਨਾਲ ਗੱਲ ਕਰਵਾਉਂ ਵਾਸਤੇ ਕਰਦੇ ਆ ਤਾਂ ਕਿ ਬੱਚਿਆਂ ਕੋਲੇ ਕਮਿਊਨੀਕੇਸ਼ਨ ਬਣੀ ਰਹੇ ਸੋ ਇਸ ਲਈ ਜਦੋਂ ਵੀ ਲੋੜ ਹੁੰਦੀ ਹੈ ਪੇਰੈਂਟਸ ਨਾਲ ਗੱਲ ਕਰਦੇ ਨੇ ਥੋੜੇ ਸਮੇਂ ਲਈ ਫਿਰ ਆਪਣੇ ਬੰਕਰ ਚ ਲੈਦੇ ਮੈਂ ਵੀ ਉਹਨਾਂ ਨਾਲ ਵੀਡੀਓ ਕਾਨਫਰੈਂਸ ਦੋ ਵਾਰੀ ਕਰ ਚੁੱਕੇ ਹਾਂ ਜਿੱਥੇ ਬੱਚਿਆਂ ਨੇ ਆਪ ਆ ਕੇ ਵੀ ਆਪਣੀ ਤਕਲੀਫਾਂ ਦੱਸੀਆਂ ਨੇ ਸਾਰੀਆਂ ਤੁਸੀਂ ਨੇ ਇਹ ਸਭ ਕਿਹਾ ਕਿ ਜਿਹੜੇ ਬੱਚੇ ਇੱਕ ਵਾਰੀ ਟ੍ਰੇਨ 'ਚ ਬੈਠ ਜਾਂਦੇ ਆ ਕੇ ਉਹਨਾਂ ਨੂੰ ਫਿਰ ਕੋਈ ਖਤਰਾ ਨਹੀਂ ਹੁੰਦਾ ਇਹ ਕਿਸ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਕਿ ਉਹਨਾਂ ਨੂੰ ਕੋਈ ਖਤਰਾ ਨਹੀਂ ਦੇਖੋ ਬੇਸਿਕਲੀ ਮੈਂ ਤਾਂ ਸਿਰਫ ਇੱਕ ਐਕਸਪੀਰੀਅੰਸ ਉਹ ਗੱਲ ਦ ਦੋਨੇ ਦੇਸ਼ ਦੀਆਂ ਫੌਜਾਂ ਸੜਨ ਨਹੀਂ ਹੌਸਟਾਈਲ ਨਹੀਂ ਹੈਗੀਆਂ ਵੈਸੇ ਵੀ ਪੈਸੇਂਜਰ ਟ੍ਰੇਨ ਦੇ ਉੱਪਰ ਕੋਈ ਕੋਈ ਵੀ ਦੇਸ਼ ਦੀ ਫੌਜ ਕੋਈ ਅਟੈਕ ਨਹੀਂ ਕਰਦੀ ਕਿਉਂਕਿ ਇਹ ਕੋਈ ਫੌਜਾਂ ਲੜ ਰਹੀਆਂ ਨੇ ਫੌਜਾਂ ਨੂੰ ਜਿਹੜੀ ਜਨੇਵਾ ਕਨਵੈਨਸ਼ਨ ਨਾਲ ਬੰਨੇ ਹੋਈਆਂ ਨੇ ਸੋ ਕਿਸੇ ਵੀ ਪੈਸੇਂਜਰ ਵਹੀਕਲ ਦੇ ਉੱਪਰ ਉਹ ਨਹੀਂ ਅਟੈਕ ਕਰਦੇ ਤੇ ਜੇ ਕੋਈ ਦੇਸ਼ ਕਰੇਗਾ ਤਾਂ ਬਹੁਤ ਵੱਡੀ ਉਹਦੀ ਖੁਸਾਦੀ ਹੈ ਕਿਉਂਕਿ ਕਈ ਦੇਸ਼ਾਂ ਦੇ ਨਾਗਰਿਕ ਉੱਥੇ ਬੈਠ ਕੇ ਜਾ ਰਹੇ ਹੁੰਦੇ ਨੇ ਸੋ ਹੁਣ ਤੱਕ ਐਕਸਪੀਰੀਅੰਸ ਇਹੀ ਹੋਇਆ ਹੈ ਕਿ ਜਿਹੜੇ ਬੱਚੇ ਟ੍ਰੇਨ 'ਚ ਜਾ ਰਹੇ ਨੇ ਜਿਹਨੇ ਵੀ ਜਾ ਰਹੇ ਉਹਨਾਂ ਦੇ ਕੋਈ ਵੀ ਜਿਹੜੀ ਫੋਰਸ ਹੈ ਬਾਕੀ ਦਾ ਸੀ ਤਾਂ ਪਰਮਾਤਮਾ ਵਗੈਰ ਅਰਦਾਸ ਹੀ ਕਰਦੇ ਆ ਸਾਡੇ ਬੱਚੇ ਸੇਫ ਪਹੁੰਚਣ ਔਰ ਸਾਡਾ ਐਕਸਪੀਰੀਅੰਸ ਇਹੀ ਹੈ ਕਿ ਟ੍ਰੇਨਾਂ ਜਿਹੜੇ ਬੱਚੇ ਬੈਠਦੇ ਨੇ ਉਹ ਸੇਫਲੀ ਪਹੁੰਚ ਰਹੇ ਨੇ ਸੋ ਇਹੜੇ ਆਪਣੇ ਬੱਚੇ ਨੇ ਜਿਹੜੇ ਆਪਣੇ ਕੀਵਤੋਂ ਲਾਵਾ ਉੱਥੋਂ ਦੇ ਇੱਕ ਕੀਵਿਚ ਤੇ ਹੈਗੇ ਕਾਫੀ ਬੱਚੇ ਉਦੋਂ ਤੋਂ ਲਾਵਾ ਕੀਵਿਚ ਕੋਈ ਨਹੀਂ ਹੈ ਅੱਛਾ ਕੀ ਹੋਰ ਕਿਹੜੇ ਕਿਹੜੇ ਸ਼ਹਿਰਾਂ ਵਿੱਚ ਹੋਰ ਦੇ ਵਿੱਚ ਸੁਮੀ ਦੇ ਵਿੱਚ ਆ ਗਏ ਖਾਰਕੀਪ ਤੇ ਸੁਮੀ ਹੋਰ ਕਿਹੜੇ ਕਿਹੜੇ ਸ਼ਹਿਰਾਂ ਵਿੱਚ ਆਪਣੇ ਵਿੱਚ ਬੱਚੇ ਆ ਗਏ ਨੇ ਦਿਨਪ੍ਰੀਤ ਜੀ ਥੋੜੇ ਬਹੁਤ ਹੈਗੇ ਪਰ ਜ਼ਿਆਦਾ ਖਾਰਕੀਪ ਦੇ ਵਿੱਚ ਨੇ ਖਾਰਕੀਪ ਤੇ ਸੁਮੀ ਦੇ ਵਿੱਚ ਉਹ ਉੱਥੇ ਕਿੰਨੇ ਖਾਰਕ 28 ਬੱਚੇ ਖਾਰਕੀਵ ਦੇ ਵਿੱਚ ਹੈਗੇ। ਇਹ ਸਾਜੀ ਡਿਪਟੀ ਕਮਿਸ਼ਨਰ ਗੁਰਦਾਸਪੁਰ ਜਿਨ੍ਹਾਂ ਨੇ ਸਾਨੂੰ ਬਹੁਤ ਹੀ ਵਧੀਆ ਢੰਗ ਨਾਲ ਸਾਰੀ ਜਾਣਕਾਰੀ ਜੰਗ ਚੱਲਦੀ ਹੈ ਰਸ਼ੀਆ ਤੇ ਯੂਕਰੇਨ ਚ ਉੱਥੋਂ ਜਿਹੜੇ ਆਪਣੇ ਸਟੂਡੈਂਟ ਨੇ ਗੁਰਦਾਸਪੁਰ ਜ਼ਿਲ੍ਹੇ ਨਾਲ ਸੰਬੰਧਤ ਇਹ ਆਸ ਕਰਦੇ ਆਂ ਅਸੀਂ ਕਿ ਸਾਰੇ ਸੁਰੱਖਿਅਤ ਆਪੋ ਆਪਣੇ ਘਰਾਂ ਵਿੱਚ ਪਹੁੰਚ ਜਾਣਗੇ ਤੇ ਇਹਨਾਂ ਨੇ ਦੱਸਿਆ ਕਿ ਦੋ ਜਿਹੜੇ ਸਟੂਡੈਂਟ ਵਾਪਸ ਵੀ ਆ ਚੁੱਕੇ ਆ ਤੇ ਇਹਨਾਂ ਸਰ ਆਪ ਵੀ ਵੀਡੀਓ ਕਾਨਫਰੰਸ 'ਤੇ ਇਹਨਾਂ ਨੇ ਕਈ ਹੁਸ਼ੀਦਾਰ ਗਲਵਤ ਕੀਤੀ ਹੈ ਤੇ ਇਸ ਸਭ ਦਾ ਬਹੁਤ ਬਹੁਤ ਧੰਨਵਾਦ ਅਦੇ ਟਾਈਮ ਕੱਢਣ ਵਾਸਤੇ। ਇਹ ਮੈਂ ਹਰਪੀ ਸਿੰਘ ਆਲਮ ਕੈਮਰਾਮੈਨ